ਪਰ ਦਮ ਬੰਬ ਛੁਟਾਓ ਬੰਬ ਆਪਣਾ ਬਾਈਕ ਵਾਲੇ ਅਗਰ ਵੀਡੀਓ ਦੇਖਿਆ ਤੋ ਨਿਸ਼ਾ ਲੰਬਾ ਹੈ ਲੰਬਾ ਕਰਕੇ ਹੈ ਮੈਂ ਬੁਰਾ ਹੀ ਨਹੀਂ ਕਰ ਰਿਹਾ ਕਿਸੇ ਆਪ ਉਸਕੇ ਪਾਸ ਭਾਗ ਲਓ ਉਸਕੇ ਪਾਸ ਅੰਤਿਆ ਪੈਸਾ ਹੈ ਉਸਕੋ ਕਿਆ ਜ਼ਰੂਰਤ ਹੈ ਪੈਸੇ ਕੀ ਪੈਸੇ ਕੀ ਜ਼ਰੂਰਤ ਉਸ ਨਾ ਹੀ ਹੋ ਨਾ ਜੋ ਬੇਚਾਰਾ ਇੱਕ ਦੁਕਾਨ ਖੋਲ ਕੇ ਬੈਠਾ ਜਿਸਕਾ ਦੁਕਾਨ ਦਾ ਕਿਰਾਇਆ ਵੀ ਨਿਕਲਦਾ ਦੁਕਾਨ ਦਾ ਕਿਰਾਇਆ ਨਹੀਂ ਨਿਕਲਦਾ ਉਸਕੇ ਦੋ ਬੱਚੇ ਘਰ ਬੈਠੇ ਹੈ ਉਸਕੇ ਬੱਚੋਂ ਕੋ ਸਕੂਲ ਜਾਣਾ ਉਸ ਕੋਲ ਕੱਲ੍ਹ ਕੋ ਲੜਕੀ ਕੀ ਸ਼ਾਦੀ ਕਰਨੀ ਹੈ ਉਨਕੇ ਬਾਰੇ ਮੇਂ ਵੀ ਸੋਚਿਆ ਕਰੋ ਆਪਣੇ ਪੜੋਸੀ ਹੋ ਅੱਜ ਥੋੜ੍ਹੀ ਡਾਢੀ ਸੈੱਟ ਕਰੀ ਹੈ ਅਰੇ ਭਾਈ ਆਪਣੇ ਆਪ ਕਰੀ ਹੈ ਕਿਉਂ ਕਰੀ ਹੈ ਔਰ ਭਾਈ ਇਕਲਾ ਮੈਂ ਨਹੀਂ ਕਰਦਾ ਜਿਤਨੇ ਹਾੜਾ ਮੇਰੀ ਕਾਵਾਂ ਉਹਨਾਂ ਸਾਰੇ ਕਰਾਂ ਹੈ ਕਿਉਂਕਿ ਭਾਈ ਕਟਿੰਗ ਕਰਵਾਉਣਗੇ ਔਰ ਡਾਢੀ ਡੂਢੀ ਬਣਾਉਣਗੇ $20 ਲਏ ਇਹ $20 ਨੂੰ ਇੰਡੀਆ ਕੇ ਸ਼ਬਦਾਂ ਨੂੰ ਮੰਨ ਲਓ 16-17 ਸੌ ਰੁਪਏ ਹੋ ਗਏ ਇਹ 16-17 ਸੌ ਰੁਪਏ ਮੈਂ ਕਿਹਾ ਡਾਢੀ ਕਟਾਈ ਜਾ ਭਾਈ ਸਭ ਕਾ ਹੀ ਹਾਲ ਹੈ ਔਰ ਇੰਡੀਆ ਮੈਂ ਭਾਈ 20 ਰੁਪਏ 30 ਰੁਪਏ ਮੈਂ ਡਾਢੀ ਕਟਚਾ ਹੈ ਔਰ ਉਸ ਮੈਂ ਵੀ ਨਾ ਕਿਸੇ ਨੂੰ ਕਹੂੰਗੇ ਆ ਰਹਾ ਯੂ ਰਹਿ ਗਿਆ ਵਾਲ ਯੂ ਹਾੜਾ ਬਾਲ ਰਹਿ ਗਿਆ ਅਰੇ ਇਹ ਵੀ ਸਿਰ ਗਏ ਵੱਡੇ ਮੰਡੇ ਰਹਿ ਮਸ਼ੀਨ ਲੇਗਾ ਭਾਈ ਕੋਈ ਕੰਪਲੇਂਟ ਨਹੀਂ ਕਰਦੇ ਥੋੜ੍ਹੀ ਬਹੁਤ ਬੈਂਕ ਹੀ ਕੱਟ ਜਾਣਾ ਜੋ ਰਾਜ ਮੇਰੀ ਥੋੜ੍ਹੀ ਕੋਈ ਬਾਤ ਨਹੀਂ ਪੀਛੇ ਬਚ ਗਏ ਤਾਂ ਯੂ ਹਾਲ ਆ ਭਾਈ ਅਮਰੀਕਾ ਮਾਏ ਪਿੱਛੇ ਡਾਢੀ ਵੀ ਆਪਣੇ ਕੱਟ ਨਹੀਂ ਜੁੜਿਆ ਹੈ ਪਰ ਦਮ ਬੰਬ ਛੁਟਾਓ ਬੰਬ ਯਹਾਂ ਕੀ ਇੱਕ ਅੱਛੀ ਬਾਤ ਬਤਾਤਾ ਹੂੰ ਮੇਰੇ ਵਹਾਂ ਪੇ ਮੈਂ ਪਹਿਲੇ ਆਪਣੇ ਬਾਰੇ ਬਤਾ ਦੂੰ ਮੇਰੇ ਵਹਾਂ ਪੇ ਮੇਰਾ ਪੜੋਸੀ ਥਾ ਇੱਕ ਨਾਈ ਕਾਲਾ ਨਾਈ ਭਾਈ ਬਹੁਤ ਬੜੀ ਆਦਮੀ ਹੈ ਘਰ ਸਕਾਮ ਹੈ ਭਾਈ ਵੱਡਾ ਭਾਈ ਹਮਾਰਾ ਆਪਣਾ ਬਾਈਕ ਵਾਲੇ ਅਗਰ ਵੀਡੀਓ ਦੇਖਿਆ ਤੋ ਭਾਈ ਉਹ ਮਾਰਾ ਪੜੋਸੀ ਮੇਰਾ ਪੜੋਸੀ ਦਾ ਦੁਕਾਨ ਕਾ ਮੈਂ ਕੋਸ਼ਿਸ਼ ਕਰਦਾ ਜਬ ਵੀ ਮੈਂ ਕੋਈ ਕੰਮ ਕਰਵਾਉਣਾ ਆਪਣਾ ਬਾਲ ਕਟਵਾਉਣ ਕਾ ਕੁਛ ਵੀ ਜਬ ਹਾਲਾਂਕਿ ਜਬ ਮੇਰੀ ਸ਼ਾਦੀ ਹੋਈ ਜਬ ਵੀ ਮੈਨੂੰ ਸੇਵਾ ਕੰਮ ਕਰਵਾ ਥਾ ਬੜੀ ਏਜ ਕਾ ਹੈ ਪਰ ਕੋਈ ਮਤਲਬ ਜ਼ਿਆਦਾ ਫੈਸ਼ਨੇਬਲ ਨਹੀਂ ਹੈ ਪਰ ਸਿੰਪਲ ਹੈ ਪਰ ਮੈਨੂੰ ਅੱਛਾ ਲੱਗ ਰਿਹਾ ਕਿਉਂ ਕਿਉਂਕਿ ਮੈਂ ਲੋਕਲ ਨਾਲ ਸਪੋਰਟ ਕਰਦਾ ਬਈ ਮੇਰੇ ਆਸ ਪੜੋਸ ਮੈਂ ਜੋ ਹੈ ਆਪਣਾ ਉਨ ਦਾ ਸਪੋਰਟ ਕਰਨਾ ਚਾਹੀਏ ਅਗਰ ਉਨਕੇ ਪਾਸ ਬਿਜ਼ਨਸ ਨਹੀਂ ਹੈ ਹਮਕੋ ਉਨਕੋ ਬਿਜ਼ਨਸ ਦੇਣਾ ਚਾਹੀਏ ਉਸਸੇ ਕਿਆ ਹੋਗਾ ਬਈ ਉਹ ਲੋਕ ਵੀ ਸਰਵਾਈਵ ਕਰ ਪਾਉਂਗੇ ਜਿਨਕੇ ਪਾਸ ਕੰਮ ਕਮ ਹੈ ਜਿਸਕੇ ਪਾਸ ਅੱਛਾ ਬਿਜ਼ਨਸ ਹੈ ਆਪ ਉਸਕੇ ਪਾਸ ਭਾਗ ਲਓ ਇੱਕ ਨਿਸ਼ਾ ਲੰਬਾ ਹੈ ਲੰਬਾ ਕਰਕੇ ਹੈ ਮੈਂ ਬੁਰਾ ਹੀ ਨਹੀਂ ਕਰ ਰਿਹਾ ਕਿਸੇ ਆਪ ਉਸਕੇ ਪਾਸ ਭਾਗ ਲਓ ਉਸਕੇ ਪਾਸ ਅੰਤਿਆ ਪੈਸਾ ਹੈ ਉਸਕੋ ਕਿਆ ਜ਼ਰੂਰਤ ਹੈ ਪੈਸੇ ਕੀ ਪੈਸੇ ਕੀ ਜ਼ਰੂਰਤ ਉਸ ਨਾ ਹੀ ਹੋ ਨਾ ਜੋ ਬੇਚਾਰਾ ਇੱਕ ਦੁਕਾਨ ਖੋਲ ਕੇ ਬੈਠਾ ਹੈ ਜਿਸਕਾ ਦੁਕਾਨ ਦਾ ਕਿਰਾਇਆ ਵੀ ਨਿਕਲਦਾ ਸਪੋਰਟ ਤਾਂ ਉਸਕੋ ਚਾਹੀਏ ਨਾ ਔਰ ਯਹਾਂ ਪੇ ਜੋ ਅਮੇਰੀਕਨ ਹੈ ਉਹ ਲੋਕ ਲੋਕਲ ਕੋ ਸਪੋਰਟ ਕਰਤੇ ਹੈ ਹਮ ਭਾਗਤੇ ਹੈ ਬ੍ਰਾਂਡ ਪੇ ਯੋ ਬ੍ਰਾਂਡ ਦੇ ਦੇ ਇਸ ਬ੍ਰਾਂਡ ਪਰ ਮੋਲ ਮੈਂ ਭਾਗ ਲੇਂਗੇ ਮੋਲ ਮੈਂ ਭਾਗ ਲੇਂਗੇ ਜੋ ਤੁਹਾਰੇ ਪਾਸ ਮੇਂ ਦੁਕਾਨ ਹੈ ਭਾਈ ਉਸ ਦੁਕਾਨ ਦਾ ਕਿਰਾਇਆ ਨਹੀਂ ਨਿਕਲਦਾ ਉਸਕੇ ਦੋ ਬੱਚੇ ਘਰ ਬੈਠੇ ਹੈ ਉਸਕੇ ਬੱਚੋਂ ਕੋ ਸਕੂਲ ਜਾਣਾ ਉਸ ਕੋਲ ਕੱਲ੍ਹ ਕੋ ਲੜਕੀ ਕੀ ਸ਼ਾਦੀ ਕਰਨੀ ਹੈ ਉਨਕੇ ਬਾਰੇ ਮੈਂ ਵੀ ਸੋਚਿਆ ਕਰੋ ਆਪਣੇ ਪੜੋਸੀਓ ਕੇ ਬਾਰੇ ਮੈਂ ਇਹ ਅਮੇਰੀਕਨ ਹਮੇਸ਼ਾ ਲੋਕਲ ਕੋ ਸਪੋਰਟ ਕਰਦੇ ਹੈ ਇਨਕੇ ਆਸ ਪੜੋਸ ਮੇਂ ਅਗਰ ਕੋਈ ਲੋਕਲ ਸਟੋਰ ਹੈ ਕਿ ਕੋਸ਼ਿਸ਼ ਕਰੇਂਗੇ ਉਸਕਾ ਬਿਜ਼ਨਸ ਚਲੇ ਤਾਂ ਕਿ ਉਸਕੋ ਉਹ ਵੀ ਸਰਵਾਈਵ ਕਰ ਲੇ ਹਮਾਰੀ ਸਿਟੀ ਕੋ ਉਸਕਾ ਕੰਮ ਚਲਦਾ ਰਹੇ ਧੀਰੇ ਧੀਰੇ ਇਹ ਕੰਪਨੀਆਂ ਤੋਂ ਬਹੁਤ ਪੈਸਾ ਕਮਾ ਰਹੀ ਉਨਕੋ ਪਤਾ ਹੈ ਕੰਪਨੀਓ ਕੰਮ ਤੋਂ ਚਲ ਜਾਏਗਾ ਕੰਪਨੀਓ ਮੇਂ ਕੰਮ ਤੋਂ ਕੰਪਨੀ ਕਾ ਤੋ ਬਹੁਤ ਸਟੋਰ ਹੈ ਬਹੁਤ ਲੋਕ ਹੈ ਖਰੀਦਨੇ ਵਾਲੇ ਲੇਕਿਨ ਹਮੇ ਲੋਕਲ ਕੋ ਸਪੋਰਟ ਕਰਨਾ ਇਹ ਗੋਰੋ ਇਹ ਜੋ ਅਮੇਰੀਕਨ ਹੈ ਇਹ ਐਸਾ ਕਰਤੇ ਹੈ ਤੋ ਹਮੇ ਵੀ ਐਸਾ ਕੁਛ ਕਰਨਾ ਚਾਹੀਏ ਬਈ ਆਪਕੇ ਆਸ ਪੜੋਸ ਮੇਂ ਕੋਈ ਛੋਟੀ ਦੁਕਾਨ ਹੈ ਜਿਸਕਾ ਕੰਮ ਨਹੀਂ ਚੱਲ ਰਿਹਾ ਆਪ ਆਪਣੇ ਘਰ ਸੇ ਸ਼ੁਰੂਆਤ ਕੀਜੀਏ ਆਪਕੇ ਪੜੋਸ ਮੇਂ ਕੋਈ ਦੁਕਾਨ ਹੈ ਆਪ ਕੋਸ਼ਿਸ਼ ਕੀਜੀਏ ਉਸਸੇ ਸਮਾਨ ਖਰੀਦੇ ਕਿਤਨਾ ਮਹਿੰਗਾ ਪੜ ਜਾਏਗਾ ਅਗਰ ਉਹ ਥੋੜ੍ਹਾ ਮਹਿੰਗਾ ਵੀ ਦੇ ਰਿਹਾ ਮਹੀਨੇ ਮੇਂ ਆਪਣੇ 5000 ਰੁਪਏ ਸਮਾਨ ਬਾਜ਼ਾਰ ਸੇ ਖਰੀਦਣਾ ਉਹ ਆਪਕੋ 5200 ਕਾ ਪੜੇਗਾ ਔਰ ਬਾਜ਼ਾਰ ਸੇ 5000 ਰੁਪਏ 200 ਰੁਪਏ ਫਰਕ ਰਹੇਗਾ ਬਸ 200 ਰੁਪਏ ਸੋਚ ਕੇ ਇਹ ਸੋਚ ਇਹ ਸਮਝੀਏ ਆਪ ਆਪਣੇ 200 ਰੁਪਏ ਮਹੀਨੇ ਕੇ ਦਾਨ ਕਰ ਦੀਏ ਕਹੀਂ ਦਾਨ ਕਰਨੇ ਕੀ ਬਜਾਏ ਇਸ ਟਾਈਪ ਸੇ ਆਪ ਛੋਟੇ ਬਿਜ਼ਨਸ ਕੋ ਹੈਲਪ ਕੀਜੀਏ ਜਿਤਨੇ ਛੋਟੇ ਬਿਜ਼ਨਸ ਆਪਕੇ ਆਸ ਪਾਸ ਮੇਂ ਉਨਸੇ ਸਮਾਨ ਖਰੀਦਣਾ ਸ਼ੁਰੂ ਕੀਜੀਏ ਉਨਸੇ ਆਪਣਾ ਕੰਮ ਕਰਵਾਈਏ ਥੋੜ੍ਹਾ ਮਹਿੰਗਾ ਹੋ ਸਕਤਾ ਹੈ ਮੈਂ ਇਹ ਨਹੀਂ ਕਹਤਾ ਉਹ ਛੋਟਾ ਦੁਕਾਨਦਾਰ ਹੈ ਉਹ ਮਹਿੰਗਾ ਹੋਗਾ ਕਿਉਂਕਿ ਉਸਕੇ ਪਾਸ ਬੇਚਾਰੇ ਕੇ ਪਾਸ ਕੰਮ ਨਹੀਂ ਆਤਾ ਉਹ ਸੋਚਦਾ ਉਹ ਏਕ ਆਤਾ ਹੈ ਉਸੀ ਸੇ ਲੈ ਲੂੰ ਪੈਸਾ ਮੇਰਾ ਕੰਮ ਚਲ ਜਾਏਗਾ ਉਸਕੀ ਉਹੀ ਮਜਬੂਰੀ ਮੈਂ ਕਰਤਾ ਲੇਕਿਨ ਆਪ ਸਪੋਰਟ ਕੀਜੀਏ ਛੋਟੇ ਛੋਟੇ ਦੁਕਾਨਦਾਰ ਕੋ ਜਬ ਆਪ ਛੋਟੇ ਦੁਕਾਨਦਾਰ ਕੋ ਸਪੋਰਟ ਕਰਨਾ ਸ਼ੁਰੂ ਕਰ ਦੇਂਗੇ ਉਹ ਕੱਲ ਕੋ ਉਸਕੋ ਵੀ ਕੰਮ ਹੋਗਾ ਉਹ ਵੀ ਆਪ ਇੱਕ ਦੁਕਾਨ ਪੇ ਹੀ ਜਾਏਗਾ ਉਹ ਵੀ ਕੋਸ਼ਿਸ਼ ਕਰੇਗਾ ਜਬ ਇਹ ਭਾਈ ਮੇਰੇ ਪਾਸ ਆਤਾ ਤੋ ਮੈਂ ਵੀ ਇਸੇ ਕੇ ਪਾਸ ਜਾਊਂ ਇਸੀ ਸੇ ਹਮ ਇੱਕ ਦੂਸਰੇ ਕਾ ਸਾਥ ਬੜਾ ਸਕਤੇ ਹੈ ਇੱਕ ਦੂਸਰੇ ਕਾ ਇੱਕ ਦੂਸਰੇ ਕੀ ਹੈਲਪ ਕਰ ਸਕਤੇ ਹੈ ਇਹ ਚੀਜ਼ ਮੈਨੇ ਯਹਾਂ ਸੇ ਸਿੱਖੀ ਹੈ ਔਰ ਇਹ ਮੈਂ ਵੀ ਚਾਹਤਾ ਹੂੰ ਮੇਰੇ ਦੇਸ਼ ਮੇਂ ਵੀ ਲੋਕ ਐਸਾ ਹੀ ਕਰੇ ਆਸ ਆਸ ਪੜੋਸ ਮੇਂ ਇੱਕ ਦੂਸਰੇ ਸੇ ਮਾਲ ਖਰੀਦੇ ਇੱਕ ਦੂਸਰੇ ਕੀ ਹੈਲਪ ਕਰੇ ਔਰ ਜ਼ਿਆਦਾ ਆਨਲਾਈਨ ਵਗੈਰਾ ਕੇ ਚੱਕਰ ਮੇਂ ਨਾ ਪੜੇ ਠੀਕ ਹੈ ਭਾਈ ਮਿਲਤੇ ਹੈ ਫਿਰ ਨੈਕਸਟ ਵੀਡੀਓ ਮੇਂ ਅਗਲੇ ਮੁੱਦੇ ਕੇ ਸਾਥ ਥੈਂਕ ਯੂ ਜੈ ਭਾਰਤ ਜੈ ਹਿੰਦ ਜੈ ਅਮੇਰੀਕਾ